ਹੁਸ਼ਿਆਰਪੁਰ ਡਿਸਟ੍ਰਿਕਟ 'ਚ ਬੁੱਲੋਵਾਲ ਪੁਲਿਸ ਸਟੇਸ਼ਨ ਦੇ ਵਿੱਚ ਇਹ ਮੈਟਰ ਹੈਗਾ ਸੀ, ਜਿਹਨੇ ਕਾਫੀ ਜ਼ਿਆਦਾ ਦਹਿਸ਼ਤ ਅਤੇ ਪੈਨਿਕ ਕ੍ਰੀਏਟ ਕੀਤਾ ਸੀਗਾ। ਕਿਉਂਕਿ ਇੱਕ ਜਿਹੜੀ ਕੋਠੀ ਪਿੰਡੋਂ ਬਾਰ ਬਾਰ ਹੈਗੀ ਸੀਗੀ, ਉਹਦੇ 'ਤੇ ਬਾਰ ਬਾਰ ਹਮਲਾ ਹੋ ਰਿਹਾ ਸੀਗਾ, ਔਰ ਉਸ ਹਮਲੇ ਨੂੰ ਅਸੀਂ ਵੀ ਇੱਕ ਤਰ੍ਹਾਂ ਨਾਲ ਚੈਲੇਂਜ ਦੇ ਰੂਪ 'ਚ ਲਿਆ, ਔਰ ਸਾਡੀਆਂ ਟੀਮਾਂ ਜਿਹੜੀਆਂ ਕਿ DSP ਆਰ ਤਲਵਿੰਦਰ, DSP ਡੀ ਸਾਹਿਬ ਪਰਮਿੰਦਰ, CI ਇੰਸਪੈਕਟਰ ਸਾਡੇ ਬਲਵਿੰਦਰ ਅਤੇ SHO ਸਾਹਿਬ ਬੁੱਲੋਵਾਲ ਹਿਰਦੇਪ੍ਰੀਤ ਜੀ ਨੇ, ਔਰ ਸਾਡੀਆਂ ਜਿਹੜੀਆਂ ਟੈਕਨੀਕਲ ਟੀਮਾਂ ਸਾਡੀਆਂ, ਉਹਨਾਂ ਨੇ ਜੀਰੋ ਤੋਂ ਸਟਾਰਟ ਕੀਤਾ ਉਸ ਕੋਠੀ ਤੋਂ ਵਰਕ ਕਰਦੇ ਹੋਏ। ਟੈਕਨੀਕਲੀ ਸਪੋਰਟ ਦੇ ਨਾਲ ਅਸੀਂ ਵੱਖ ਵੱਖ ਜਗ੍ਹਾ 'ਤੇ ਪਹੁੰਚੇ। ਕੁਛ ਟੀਮਾਂ ਸਾਡੀਆਂ ਹੁਸ਼ਿਆਰਪੁਰ ਵੱਲ ਨੂੰ ਆਈਆਂ, ਕੁਛ ਟੀਮਾਂ ਸਾਡੀਆਂ ਬਾਗਪੁਰ ਵਾਲੇ ਪਾਸੇ ਨੂੰ ਮੂਵ ਹੋਈਆਂ। ਉਹਦੇ ਦੌਰਾਨ ਹੀ ਕੁਛ ਸਾਨੂੰ ਇਨਫੋਰਮੇਸ਼ਨਸ ਵੀ ਮਿਲੀਆਂ ਵੀ ਪੋਸੀਬਿਲਟੀ ਹੈਗੀ ਆ ਵੀ ਇਹ ਘਰ ਦੇ ਵਿੱਚ ਹੀ ਲੱਗਦਾ ਸਾਨੂੰ। ਉਹਦੇ 'ਚ ਸਾਡੇ ਹਿਊਮਨ ਸੋਰਸਿਸ ਤੋਂ ਵੀ ਔਰ ਕੁਛ ਗੱਲਾਂ, ਕਿਉਂਕਿ ਜਿਹੜੇ ਬੰਦੇ ਸੀਗੇ ਟੋਟਲ ਉਸ ਘਰ ਦਾ ਜਿਹੜਾ ਮਾਲਕ ਅਵਤਾਰ, ਉਹਦੀ ਬੇਸਿਕਲੀ ਸੈਂਚਰੀ ਪਲਾਈਵੁੱਡ ਦੇ ਵਿੱਚ ਲੈਂਡ ਸੀਗੀ ਜਿਹੜੀ ਅਪਰੋਕਸੀਮੇਟਲੀ 3.5-4 ਕਰੋੜ ਦੇ ਉਹਨੂੰ ਪੈਸੇ ਮਿਲੇ ਸੀ। ਉਹਦੀ ਉਹਨੇ ਉਹ ਕੋਠੀ ਬਣਾਈ ਪਲੱਸ ਉੱਥੇ ਲੈਣ ਲਈ ਹੋਈ ਹੈ। ਔਰ ਸਭ ਤੋਂ ਜਿਹੜੀ ਹੈਰਾਨਗੀ ਦੀ ਗੱਲ ਸੀ ਸਾਨੂੰ ਵੀ ਸਾਨੂੰ ਬਿਲਕੁਲ ਨਹੀਂ ਲੱਗਦਾ ਸੀ ਵੀ ਇਹ ਪਰਿਵਾਰ ਇਸ ਤਰ੍ਹਾਂ ਦਾ ਝੂਠ ਬੋਲੇਗਾ। ਔਰ ਉਹਦੇ ਵਿੱਚ ਵੱਖ ਵੱਖ ਮੁਕੱਦਮੇ ਦਰਜ ਹੋਏ। ਪਹਿਲਾਂ ਸਰਪੰਚ ਸਾਹਿਬ ਵੱਲੋਂ ਪਰਚਾ ਦਰਜ ਹੋਇਆ ਜਿਹੜਾ ਕਹਿੰਦੇ ਸੈਰ ਦੇ ਟਾਈਮ ਕਰਦੇ ਫਾਇਰਿੰਗ ਹੋਈ, ਫਿਰ 2-4 ਦਿਨ ਬਾਅਦ ਪੈਟਰੋਲ ਬੰਬ ਘਰ ਸਿੱਟੇ ਗਏ, ਔਰ ਹੁਣ ਤਾਂ ਇਹ 9ਵੇਂ ਮਹੀਨੇ ਵਿੱਚ ਤਾਂ ਘਰ ਦੇ ਅੰਦਰ ਵੜ ਕੇ ਪਸ਼ੂ ਖੋਲ੍ਹ ਦਿੱਤੇ ਗਏ, ਭੰਨ ਤੋੜ ਕੀਤੀ ਗਈ, ਇੱਕ ਗੱਡੀ ਭੰਨੀ ਗਈ, ਗੱਡੀ ਵੀ ਉਹ ਭੰਨੀ ਗਈ ਜਿਹੜੀ ਕਿ ਇਨਸ਼ੋਰਡ ਸੀਗੀ, ਦੂਜੀ ਗੱਡੀ ਨਹੀਂ ਭੰਨੀ ਗਈ। ਔਰ ਜਦੋਂ ਲਾਸਟ ਐਪੀਸੋਡ ਹੋਇਆ ਤਾਂ ਸਾਨੂੰ ਥੋੜ੍ਹਾ ਸ਼ੱਕ ਲੱਗਾ, ਕਿਉਂਕਿ ਘਰ ਬਹੁਤ ਵਧੀਆ ਤਰੀਕੇ ਨਾਲ, ਦੀਵਾਰਾਂ ਵਧੀਆ ਉੱਚੀਆਂ ਸੀਗੀਆਂ, CCTV ਲੱਗੇ ਹੋਏ ਸੀ, ਔਰ ਸਾਡਾ ਜਿਹੜਾ ਜਦੋਂ ਸਾਡੀ ਟੀਮ ਨੇ ਬੰਦਾ 2 ਰਾਊਂਡ ਅਪ ਕੀਤੇ ਪਹਿਲਾਂ, ਫਿਰ ਉਸ ਤੋਂ ਬਾਅਦ ਅਗਲੀ ਫਰਦਰ ਇਨਵੈਸਟੀਗੇਸ਼ਨ ਕਰਦੇ ਕਰਦੇ ਟੋਟਲ ਅਸੀਂ ਸਮੇਤ ਅਵਤਾਰ ਟੋਟਲ ਅਸੀਂ 8 ਬੰਦੇ ਇਸ ਕੇਸ 'ਚ ਅਰੈਸਟ ਕੀਤੇ ਆ। ਔਰ ਜਿਹੜੀਆਂ ਸੈਕਸ਼ਨ ਸੀਗੀਆਂ ਉਹਦੇ ਵਿੱਚ ਜੁਰਮ 'ਚ ਅਸੀਂ ਫਿਰ ਵਾਧਾ ਕੀਤਾ, ਕਿਉਂਕਿ ਸਾਨੂੰ ਇਹਨਾਂ ਨੇ ਝੂਠੀਆਂ ਤਲਾਵਾਂ ਦਿੱਤੀਆਂ। ਸਰ ਕਹਾਣੀ ਰਚੀ ਕਿਉਂ ਗਈ ਸੀ ਅਵਤਾਰ ਸਿੰਘ? ਬੇਸਿਕਲੀ ਜੋ ਹੁਣ ਤੱਕ ਦੀ ਇੰਟੈਰੋਗੇਸ਼ਨ 'ਚ ਸੀਗਾ, ਇੱਕ ਤਾਂ ਚਾਹੁੰਦੇ ਸੀ ਵੀ ਪੈਸਾ ਸੀਗਾ ਕੋਲ, ਗੰਨਮੈਨਾਂ ਦੀ ਚਾਹਤ ਸੀਗੀ ਵੀ ਗੰਨਮੈਨ ਮਿਲ ਜਾਵੇ। ਅੱਜ ਕੱਲ੍ਹ ਇੱਕ ਟ੍ਰੈਂਡ ਚੱਲਿਆ ਵੀ ਕੋਈ ਫੇਸਬੁੱਕ 'ਤੇ ਜਾਂ ਧਮਕੀਆਂ ਮਿਲਦੀਆਂ ਅਤੇ ਗੰਨਮੈਨ ਮਿਲ ਜਾਂਦੇ ਆ। ਇੱਕ ਤਾਂ ਇਹਨਾਂ ਦੀ ਕੋਸ਼ਿਸ਼ ਸੀ ਵੀ ਗੰਨਮੈਨ ਸਾਨੂੰ ਪਰਮਾਨੈਂਟਲੀ ਮਿਲ ਜਾਣ, ਸੈਕਿੰਡ ਸੀਗਾ ਵੀ ਮੈਂ ਜਿਹੜੇ ਆਮ ਲਾਇਸੈਂਸ ਬਣਾਉਣਾ ਸੀ ਚਾਹੁੰਦਾ ਸੀ ਇਹ, ਅਤੇ ਉਹਦੇ ਲਈ ਇੱਕ ਕੋਲਮ ਹੈਗਾ ਜਿਹਦੇ 'ਚ ਭਰਿਆ ਜਾਂਦਾ ਵੀ ਤੁਹਾਨੂੰ ਕਿਸ ਤੋਂ ਥ੍ਰੈਟ ਆ ਜਾਂ ਕੁਛ ਕੋਈ ਧਮਕੀ ਤੁਹਾਨੂੰ ਮਿਲੀ ਆ ਕਿਸੇ ਤਰ੍ਹਾਂ। ਉਹ ਆਲਰੇਡੀ 3 FIRਾਂ ਦਰਜ ਹੋ ਗਈਆਂ ਸੀਗੀਆਂ। ਇਹਨੇ ਆਮ ਲਾਇਸੈਂਸ ਬਣਾਉਣਾ ਸੀ, ਕੋਈ ਵੈਪਨ ਲੈਣੇ ਸੀ ਨਵੇਂ, ਉਹਦੇ ਕਰਕੇ ਹੀ ਇਹ ਸਾਰਾ ਇਹਨੇ ਸ਼ਡਿਅੰਤਰ ਰਚਿਆ। ਔਰ ਫਰਦਰ ਪਰੰਤੂ ਹਾਲੇ ਵੀ ਸਾਡੀ ਇਨਵੈਸਟੀਗੇਸ਼ਨ ਗੋਇੰਗ ਔਨ ਆ ਵੀ ਇਹਦੇ ਪਿੱਛੇ ਕੋਈ ਹੋਰ ਰੀਜ਼ਨ ਆ ਜਾਂ ਕੀ ਰੀਜ਼ਨ। ਨਹੀਂ, ਇਹਦੇ 'ਚ ਹੁਣ ਤੱਕ ਦੀ ਜਿਹੜੀ ਹੈਗੀ ਆ ਵੀ ਹਾਲੇ ਤੱਕ ਇਹਨਾਂ ਦੇ FIRਾਂ ਨਹੀਂ ਦਰਜ ਹੈਗੀਆਂ, ਕਿਉਂਕਿ ਜਿਹੜਾ ਇੱਕ ਤਾਂ ਇਹਨਾਂ ਦਾ ਨੌਕਰੀ ਆ ਜਿਹਨੇ, ਇੱਕ ਦਾ ਦੋਸਤ ਆ ਗੋਰਾ, ਗੋਰੇ ਨਾਲ ਰਲ ਕੇ ਇਹਨੇ ਪਲੈਨਿੰਗ ਕੀਤੀ ਸੀ, ਅੱਗੇ ਗੋਰੇ ਨੇ ਅੱਗੇ ਗਾਂ ਤੋਂ ਗਾਂ ਦੋਸਤ ਇਕੱਠੇ ਕਰ ਲਏ, ਔਰ ਇੱਕ ਇਹਨਾਂ ਦਾ ਪਰਮਾਨੈਂਟਲੀ ਜਿਹੜਾ ਘਰੇ ਜੌਬ ਕਰਦਾ ਬੰਦਾ ਬ੍ਰਜੇਸ਼ਵਰ ਜਿਹੜਾ ਉਹ ਤਾਂ ਭਾਅ ਜੀ ਮੈਨੂੰ ਹਾਲੇ ਐਗਜੈਕਟਲੀ ਨਹੀਂ ਪਤਾ, ਪਰੰਤੂ ਜਿਸ ਹਿਸਾਬ ਨਾਲ ਇਹਦੀ ਵਰਕਿੰਗ ਆ ਮੇਰੇ ਹਿਸਾਬ ਨਾਲ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ 'ਚ ਐਕਟਿਵ ਹੋਊਗਾ ਇਹ, ਕਿਉਂਕਿ ਜਿਹੜੀਆਂ ਖਾਹਿਸ਼ਾਂ ਆ ਉਹ ਇੱਦਾਂ ਦੀਆਂ ਹੀ ਆ। ਸਿਟੀ ਆਪਣੇ ਹੁਸ਼ਿਆਰਪੁਰ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਹੈਗੇ, ਆਲਰੇਡੀ ਉਹਨਾਂ ਦੇ ਐਡਰੈਸ ਸਾਰੇ ਪ੍ਰੈਸ ਨੋਟ 'ਚ ਪਾ ਦਿੱਤੇ ਹੈਗੇ। ਸਰਪੰਚ ਸਾਹਿਬ ਨਾਲ ਵੀ ਗੱਲਬਾਤ ਹੋਈ ਸੀ ਜਦੋਂ ਆਪਾਂ ਖਬਰ ਕਰਨ ਗਏ ਸੀ, ਉਹ ਕਹਿੰਦੇ ਕਿ ਮੈਂ ਵੀ ਇੱਥੇ ਸੈਰ ਕਰ ਰਿਹਾ ਸੀ ਤਾਂ ਮੇਰੇ ਤੇ ਵੀ ਫਾਇਰਿੰਗ ਹੋਈ ਸੀ। ਉਹਦੇ ਲਈ ਮੈਂ ਤੁਹਾਨੂੰ ਦੱਸ ਦਿੰਦਾ ਵੀ ਆ ਤਾਂ ਨਹੀਂ ਸ਼ਮੂਲੀਅਤ ਕਿਸੇ ਤਰ੍ਹਾਂ ਦੀ ਨਹੀਂ, ਬੇਸਿਕਲੀ ਸਰਪੰਚ ਸਾਹਿਬ ਨੂੰ ਤਾਂ ਇਹਨਾਂ ਨੇ ਗਵਾਹ ਬਣਾਇਆ ਸੀ
इन्हां ते हमला होया, मैं भी उहदा गवाह आ। ਇਹ ਏਅਰ ਪਿਸਟਲ ਸੀਗਾ ਔਰ ਤੜਕੇ ਨੂੰ ਜਦੋਂ ਬਿਲਕੁਲ ਸੁੰਨਸਾਨ ਹੁੰਦਾ ਤੇ ਇਹਦਾ ਪਟਾਕਾ ਚੱਲਦਾ ਜਦੋਂ ਤੇ ਗੋਲੀ ਦੀ ਲੱਗਦਾ ਵੀ ਗੋਲੀ ਚੱਲੀ ਹੈ। ਏਅਰ ਪਿਸਟਲ ਹੈ ਇਹਦੇ ਤੇ ਹੀ ਇਹਨਾਂ ਨੇ ਸਰਪੰਚ ਸਾਹਿਬ ਧੂੰਆਂ ਜਿਹਾ ਵੀ ਕੱਢਦਾ ਇਹ ਤੇ ਇਹਨਾਂ ਦੇ ਕੋਠੀ ਦੇ ਬਾਹਰ ਲਾਈਟਾਂ ਲੱਗੀਆਂ ਹੋਈਆਂ ਆ ਜੇ ਤੁਸੀਂ ਗਏ ਹੋਵੋਗੇ ਤਾਂ ਖਬਰ ਕਰਨ। ਔਰ ਰਾਤ ਨੂੰ ਲਾਈਟਾਂ ਹੁੰਦੀਆਂ ਜਦੋਂ ਸਰਪੰਚ ਸਾਹਿਬ ਲੰਘ ਰਹੇ ਸੀ ਤਾਂ ਇਹਨਾਂ ਨੇ ਉੱਥੇ ਦਰਖਤ ਦੇ ਉੱਲੇ ਹੋ ਕੇ ਫਾਇਰਿੰਗ ਕੀਤੀ ਇਹਨਾਂ ਦੇ ਬੰਦਿਆਂ ਨੇ ਔਰ ਇਹ ਏਅਰ ਪਿਸਟਲ ਨਾਲ ਸ਼ੋਅ ਕੀਤਾ ਗਿਆ ਵੀ ਮੇਰੇ ਤੇ ਗੋਲੀ ਚੱਲੀ ਹੈ। ਦੇਖੋ ਮੇਰੀ ਤਾਂ ਬੇਨਤੀ ਹੈ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਇਹੋ ਜਿਹਾ ਪੁਲਿਸ ਦਾ ਕਿੰਨਾ ਹਰਾਸਮੈਂਟ ਹੋਈ ਔਰ ਪ੍ਰੈਸ ਨੂੰ ਝੂਠੀਆਂ ਬਾਈਟਾਂ ਇਹ ਨਹੀਂ ਦਿੱਤੀਆਂ ਔਰ ਸਮਾਂ ਕਿੰਨਾ ਖਰਾਬ ਹੋਇਆ ਸਾਡਾ ਔਰ ਅਨਸੈਸਰੀ। ਔਰ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਜਿਹੜੀ ਕੋਈ ਅਤਲਾਹ ਹੈਗੀ ਇਹਦੇ ਇਹੋ ਜਿਹੇ ਬੰਦਿਆਂ ਕਾਰਨ ਸੱਚੀਆਂ ਅਤਲਾਵਾਂ ਵੀ ਕਈ ਵਾਰ ਸਾਨੂੰ ਫਿਰ ਝੂਠੀਆਂ ਲੱਗਣ ਲੱਗ ਪੈਂਦੀਆਂ। ਸਰ ਸੀਸੀਟੀਵੀ ਦੇ ਵਿੱਚ ਤਿੰਨ ਵਿਅਕਤੀ ਆਏ ਸੀ ਗੇਟ ਟੱਪਕੇ ਜੋ ਤੋੜ ਭੰਨ ਕਰ ਰਹੇ ਸੀ, ਇਹ ਖੁਦ ਵੀ ਉਹਦੇ ਵਿੱਚ ਸ਼ਾਮਲ ਸੀਗੇ? ਬਿਲਕੁਲ ਬਿਲਕੁਲ, ਜਿੰਨੇ ਸੀਸੀਟੀਵੀ ਜਦੋਂ ਗੇਟ ਟੱਪਿਆ ਜਾਂਦਾ ਸਭ ਤੋਂ ਪਹਿਲਾਂ ਕਰੰਟ ਬੰਦ ਕੀਤਾ ਜਾਂਦਾ। ਇਹ ਵੱਖ ਵੱਖ ਹੈ, ਗੋਲੀ ਚਲਾਉਣ ਵਾਲੇ ਵੱਖਰੇ ਆ, ਪੈਟਰੋਲ ਬੰਬ ਸਿੱਟਣ ਵਾਲੇ ਵੱਖਰੇ ਆ, ਜਿਨ੍ਹਾਂ ਨੇ ਭੰਨ ਤੋੜ ਕੀਤੀ ਉਹ ਵੱਖਰੇ ਆ। ਇਹਨਾਂ ਸਾਰਿਆਂ ਤੇ FIR ਆਲਰੇਡੀ ਜਿਹੜੀਆਂ ਦਰਜ ਸੀਗੀਆਂ ਜੀ। ਗੋਰੇ ਮੇਨ ਗੋਰੇ ਦੇ ਦੋਸਤ ਆ ਜੀ, ਹਾਂ ਨਹੀਂ ਅਵਤਾਰ, ਮਾਸਟਰ ਮਾਇੰਡ ਅਵਤਾਰ ਹੈ। ਅਵਤਾਰ ਦੀ ਪਲੈਨਿੰਗ ਨਾਲ ਗੋਰੇ ਨੂੰ ਤਿਆਰ ਕੀਤਾ। ਅਵਤਾਰ ਤੇ ਬ੍ਰਜੇਸ਼ ਜਿਹੜਾ ਆ ਆਲਰੇਡੀ ਘਰੋਂ ਰਲ ਗਏ,